ਬਟਾਲਾ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ 9 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੂਰਵ ਡਿਪਟੀ CM ਕਵਿੰਦਰ ਗੁਪਤਾ ਪਹੁੰਚੇ। ਉਹਨਾਂ ਕਿਹਾ ਕਿ ਬਟਾਲਾ 'ਚ ਭਾਜਪਾ ਨੂੰ ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਉਹਨਾਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਲੋਕ ਭਾਜਪਾ ਦਾ ਸਾਥ ਦੇ ਰਹੇ ਨੇ, ਬਟਾਲਾ ਵਿੱਚ ਅਗਲਾ ਮੇਅਰ ਭਾਜਪਾ ਦਾ ਹੀ ਹੋਵੇਗਾ। ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਜਿਹੜੀ ਭਾਜਪਾਈਆਂ ਨਾਲ ਗੁੰਡਾਗਰਦੀ ਹੋ ਰਹੀ ਹੈ, ਭਾਜਪਾ ਦੇ ਵਰਕਰਾਂ 'ਤੇ ਜਿਹੜੇ ਝੂਠੇ ਪਰਚੇ ਦਾਖਲ ਕੀਤੇ ਜਾ ਰਹੇ ਨੇ, 2022 'ਚ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਲਿਆ ਜਾਏਗਾ। ਉਹਨੇ ਖਾਸ ਤੌਰ 'ਤੇ ਬੋਲਦੇ ਹੋਏ ਕਿਹਾ ਕਿ ਇਹ ਜਿਹੜਾ ਕਿਸਾਨੀ ਮੋਰਚਾ, ਇਹ ਤਾਂ ਇੱਕ ਕਿਸਾਨੀ ਮੋਰਚਾ ਹੈ ਹੀ ਨਹੀਂ, ਇਹ ਤਾਂ ਇੰਟਰਨੈਸ਼ਨਲ ਲੈਵਲ 'ਤੇ ਮੋਦੀ ਦੇ ਖਿਲਾਫ ਸਾਜ਼ਿਸ਼ ਹੈ, ਕਿਉਂਕਿ ਲੋਕ ਮੋਦੀ ਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਕਿਸਾਨਾਂ ਨੂੰ ਭੜਕਾ ਰਹੇ ਨੇ। ਨਗਰ ਨਿਗਮ ਅਤੇ ਲੋਕਲ ਬਾਡੀਜ਼ ਦੇ ਇਲੈਕਸ਼ਨਾਂ ਨੂੰ ਵੇਖਦੇ ਹੋਏ ਬਟਾਲਾ ਵਿੱਚ ਕੰਮ ਜਾਰੀ ਹੈ ਅਤੇ ਉਮੀਦ ਹੈ, ਜਿਸ ਹਿਸਾਬ ਨਾਲ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਹੈ ਸਾਨੂੰ, ਹਾਲਾਂਕਿ ਸਾਡੇ ਗੁੰਡਾਗਰਦੀ ਦੇ ਨਾਲ ਇੱਥੇ ਪਰਚੇ ਵੀ ਕੈਂਸਲ ਕੀਤੇ ਗਏ, ਉਹ ਸਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਸਰਕਾਰ ਦੇ ਕਹਿਣ 'ਤੇ ਕੰਮ ਕਰ ਰਿਹਾ ਹੈ। ਇਹ ਬਿਲਕੁਲ ਗਲਤ ਤਰੀਕਾ ਹੈ। ਕੱਲ੍ਹ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦ ਪੰਜਾਬ ਵਿੱਚ ਆਏਗੀ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਿਬੜਿਆ ਜਾਏਗਾ। ਜਿੱਥੋਂ ਤੱਕ ਜਿੱਤ ਦਾ ਸਵਾਲ ਹੈ, ਅਸੀਂ 10 ਫਾਰਮ ਕੈਂਸਲ ਹੋਣ ਦੇ ਬਾਵਜੂਦ ਇੱਥੇ ਆਪਣੀ ਜਿੱਤ ਪ੍ਰਾਪਤ ਕਰਾਂਗੇ ਅਤੇ ਇੱਥੋਂ ਦੀ ਜਿਹੜਾ ਨਗਰ ਨਿਗਮ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਰਹਿਨੁਮਾਈ 'ਚ ਬਣੇਗਾ, ਇਹ ਤੈਅ ਹੈ। ਭਾਰਤੀ ਜਨਤਾ ਪਾਰਟੀ ਦੀਆਂ ਜੋ ਕੇਂਦਰ ਦੀਆਂ ਸਕੀਮਾਂ ਹਨ, ਜੋ ਸਾਰੇ ਸਮਾਜ ਦੇ ਲੋਕਾਂ ਨੂੰ, ਹਰ ਵਰਗ ਨੂੰ ਨਾਲ ਲੈ ਕੇ ਚੱਲਦੀਆਂ ਹਨ, ਉਸ ਕਾਰਨ ਇੱਕ ਰਿਸਪੋਂਸ, ਇੱਕ ਸਾਇਲੈਂਟ ਵੋਟ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਪੈ ਰਿਹਾ ਹੈ। ਤਾਂ ਮੈਨੂੰ ਉਮੀਦ ਹੈ ਕਿ ਪੰਜਾਬ 'ਚ ਬਾਕੀ ਜਗ੍ਹਾ ਵੀ ਇਸੇ ਤਰ੍ਹਾਂ ਲੋਕ ਸਾਨੂੰ ਪੂਰਾ ਸਾਥ ਦੇਣਗੇ। ਇਸ ਤੋਂ ਪਹਿਲੇ ਅਕਾਲੀ ਦਲ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣਦੀਆਂ ਰਹੀਆਂ। ਭਾਰਤੀ ਜਨਤਾ ਪਾਰਟੀ ਦੇ ਜਿੱਥੇ ਵੀ ਗਠਬੰਧਨ ਰਿਹਾ, ਭਾਰਤੀ ਜਨਤਾ ਪਾਰਟੀ ਨੇ ਉਹਨੂੰ ਇਮਾਨਦਾਰੀ ਨਾਲ ਨਿਭਾਇਆ। ਲੇਕਿਨ ਆਉਣ ਵਾਲੇ ਸਮੇਂ ਵਿੱਚ 2022 ਦੇ ਇਲੈਕਸ਼ਨ 'ਚ ਭਾਰਤੀ ਜਨਤਾ ਪਾਰਟੀ ਇੱਕ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਪੰਜਾਬ 'ਚ ਆਏ, ਇੰਨਾ ਸਾਨੂੰ ਵਿਸ਼ਵਾਸ ਹੈ। ਸਰ, ਕਿਸਾਨਾਂ ਦਾ ਮੁੱਦਾ ਪੂਰੇ ਹਿੰਦੁਸਤਾਨ ਵਿੱਚ ਛਿੜਿਆ ਹੋਇਆ, ਕਿਆ ਲੱਗਦਾ ਇਹਨੂੰ ਦੇਖ ਕੇ BJP ਆਪਣੀ ਸਰਕਾਰ ਬਣਾ ਪਾਊਗੀ ਜਾਂ BJP ਨਗਰ ਕੌਂਸਲ ਦੀਆਂ ਸੀਟਾਂ ਜਿੱਤ ਪਾਊਗੀ? ਦੇਖੀਏ, ਤੁਹਾਡੀ ਜਾਣਕਾਰੀ ਵਾਸਤੇ, ਇਹ ਕਿਸਾਨ ਦਾ ਮੁੱਦਾ ਨਹੀਂ ਇਸ ਵੇਲੇ ਜਿਹੜੇ ਅੰਦੋਲਨ ਹੋ ਰਿਹਾ ਉਸ ਵਿੱਚ, ਕਿਸਾਨ ਨੂੰ ਨਾ ਲੈ ਕੇ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਇੱਕ ਸਾਜ਼ਿਸ਼ ਚੱਲ ਰਹੀ ਹੈ। ਮੋਦੀ ਸਰਕਾਰ ਦੀ ਵਧਦੀ ਹੋਈ ਲੋਕਪ੍ਰਿਯਤਾ ਨੂੰ ਵੇਖ ਕੇ ਅਸੀਂ ਖੁਦ ਸਮਝ ਸਕਦੇ ਹਾਂ ਕਿ ਜੋ ਵੀ ਕੰਮ ਹੋਏ ਹਨ ਕਿਸਾਨਾਂ ਦੇ ਹੱਕ ਵਿੱਚ ਹੋਏ ਹਨ, ਕੱਲ੍ਹ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਉਹਦਾ ਸਾਰਾ ਜਵਾਬ ਵੀ ਦਿੱਤਾ ਹੈ। ਪਿਛਲੇ ਦਿਨਾਂ ਮੀਆਂ ਖਲੀਫਾ, ਗ੍ਰੇਟਾ ਥਨਬਰਗ ਔਰ ਇਸ ਤੋਂ ਇਲਾਵਾ ਕੁਝ ਹੋਰ ਜੋ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਹਨ, ਉਹਨਾਂ ਦੇ ਮਾਧਿਅਮ ਨਾਲ ਕਿਸਾਨਾਂ ਦੇ ਅੰਦੋਲਨ ਦਾ ਪੱਖ ਰੱਖਣਾ, ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਾਜ਼ਿਸ਼ ਇੱਥੇ ਹੋ ਰਹੀ ਹੈ। ਵਾਮਪੰਥੀ ਦਲ ਇੱਥੇ ਕੰਮ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਭਾਰਤ ਦੀ ਸਰਕਾਰ ਨੂੰ ਕਮਜ਼ੋਰ ਕੀਤਾ ਜਾਏ, ਭਾਰਤ ਦਾ ਜਿਹੜਾ ਪੱਖ ਹੈ ਉਹ ਵਿਦੇਸ਼ਾਂ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਏ। ਲੇਕਿਨ ਸਰਕਾਰ ਇਸ 'ਤੇ ਕੜਾ ਐਕਸ਼ਨ ਲਏਗੀ। ਸਾਡੀ ਸਰਕਾਰ ਕਦੀ ਕਿਸਾਨ ਵਿਰੋਧੀ ਹੋ ਹੀ ਨਹੀਂ ਸਕਦੀ, ਔਰ ਆਉਣ ਵਾਲੇ ਸਮੇਂ 'ਚ ਲੋਕ ਸਮਝਣਗੇ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਸੀ। ਅੱਜ ਦੀਪ ਸਿੱਧੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਉਹਦੇ ਮਾਧਿਅਮ ਨਾਲ ਕਾਫ਼ੀ ਖੁਲਾਸਾ ਹੋਣ ਵਾਲਾ ਹੈ। ਉਸ ਤੋਂ ਬਾਅਦ ਦੇਖੋ ਕਿ ਲੋਕਾਂ ਦਾ ਕਿ ਵਾਕਈ 'ਚ ਜਿਹੜੇ ਲੋਕ ਬੈਠੇ ਹਨ ਇਹ ਕਿਸਾਨਾਂ ਦੇ ਹਮਦਰਦ ਨੇ ਜਾਂ ਕਿਸਾਨਾਂ ਦੇ ਖਿਲਾਫ਼ ਹਨ। ਸਰ, BJP ਦੇ ਕੁਛ ਐਸੇ ਵਾਰਡ ਨੇ ਜਿੱਥੇ BJP ਨੂੰ ਖਲੋਣ ਹੀ ਨਹੀਂ ਦਿੱਤਾ ਗਿਆ। ਮੈਂ ਪਹਿਲੇ ਕਹਿ ਰਿਹਾ ਹਾਂ ਕਿ ਗੁੰਡਾਗਰਦੀ ਦਾ ਇੱਕ ਖੁੱਲ੍ਹਾ ਨਾਚ ਪ੍ਰਸ਼ਾਸਨ ਨੇ ਕੀਤਾ ਹੈ, ਔਰ ਇਹ ਪ੍ਰਸ਼ਾਸਨ ਦੇ ਲੋਕ ਸਰਕਾਰ ਦੇ ਨੁਮਾਇੰਦੇ ਬਣ ਕੇ, ਉਹਨਾਂ ਦੇ ਵਰਕਰ ਬਣ ਕੇ ਕੰਮ ਕਰ ਰਹੇ ਹਨ। ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮਹਿੰਗਾ ਪਊਗਾ। ਦੇਖੀਏ, ਸਾਮ ਦਾਮ ਦੰਡ ਭੇਦ ਇਹ ਸਾਰੀਆਂ ਚੀਜ਼ਾਂ ਕਾਂਗਰਸ ਅਪਣਾ ਰਹੀ ਹੈ, ਔਰ ਗੁੰਡਾਗਰਦੀ ਨਾਲ ਇੱਥੇ ਪ੍ਰਸ਼ਾਸਨ ਦੇ ਲੋਕ ਜਾਂ ਪੁਲਿਸ ਦਾ ਸਾਥ ਲੈ ਕੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਲੇਕਿਨ ਸਭ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਅਤੇ ਇਹਨਾਂ ਲੋਕਾਂ ਦੀ ਚੁਣਾਵ ਦੇ ਜਿਹੜੇ
हक के लोग ने चुनाव के जोड़े साढ़े इतने एडमिनिस्ट्रेशन है उन्होंने ध्यान में सारिया चीज़ा लाइया लियाइया जा रही हैं तो मैं लगता है कि जरूर इस पर एक्शन होना चाहिए। सर खेती कानून अगर इन्ने ही सही ने तो फिर बीजेपी फेल क्यों हो रही है किसानों को उन्होंने समझा? देखिए पूरा देश असी जो भी भारतीय जनता पार्टी स्कीम रही तो पहली पिछली बार असी 272 सीटा लैके लोग सभा आए स इस बार सू 303 सीटा मिली हैं और देश का किसान समझदा है। जब लोग सभा पूछा तुम दसो कि इस कानून से काला की है कोई भी मैं अपने ये मोढ़िया से गोढ़िया तो बहुत दुखी सी। मेरे लिए तो तुरना फिरना भी इन्ना औखा होया से मैं दस भी नहीं सकता पर जब तो मैनू फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो सिर्फ 2.5-3 महीने ये 125 बीमारियां तक के इलाज कर सकता है। फिर रिलीफ हमेशा याद रखो। बस कुछ दिनों तो मैनू बालों की बड़ी समस्या सी मेरे बाल झड़ने शुरू हो गए सी मैनू मेरे दोस्त ने ऑयल फी रिलीफ वाले दस्या मैं ये तेल 3 महीने लाना अपने सिर पर अप्लाई किया ये बिल्कुल आयुर्वैदिक तेल है यदा कोई साइड इफेक्ट नहीं है तो मेरे बाल जड़े गंजपन पैना शुरू हो गया से वो दोबारा आने लग गए तो मैनू तो बड़ा फायदा दिता इसने। जो थानू भी किसी इस तरह की प्रॉब्लम का तुम सामना कर रहे हो तो यह तेल लाना ना भुलो। कितना कि असं अपने बालों करके शर्म फील करते हैं कि सोसाइटी बैठे कि कोई मजाक ना कर रहा है पर थैंक्स टू फ्री रिलीफ जिन्हें मेरा एक कॉन्फिडेंस बिल्ड किया जिसे लगान नाल मैं मार्केट से बड़ा ही कॉन्फिडेंट हाँ और ये मैं बड़ा फायदा होया तो मैं सर्वाइकल की भी दिक्कत सी तो वो भी मैं बड़ा रिलीफ मिले। ये यूज़ करो तो मैं प्रैक्टिकल यूज़ कर रहा।